ਕੰਧ ਜੁੱਤੇ ਬਗਿਆੜ ਨੂੰ ਜਟਾਂ ਦਾ ਬਸ ਬੱਲੀਏ ਆਹ ਬੱਲੀਏ ਫਾਰਮਿੰਗ ਪੱਕਾ ਕਾਰੋਬਾਰ ਨਹੀਂ ਜਟਾਂ ਦਾ ਬਸ ਬੱਲੀਏ ਕੰਧ ਕਰਾਂ ਮੇ ਕਾਪੀਰਾਈਟ ਆ ਜਾਣਾ ਵਿੱਚ ਗੁੱਡ ਈਵਨਿੰਗ ਗਾਇਸ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਘੈਂਟ ਹੋਵੋਗੇ ਤੇ ਗੁੱਡ ਹੋਵੋਗੇ ਹੋਰ ਸੁਣਾਓ ਠੀਕ ਠਾਕ ਹੋ ਤੁਸੀਂ ਕਹਿੰਦੇ ਹੁਣ ਕਿੰਨਾ ਭੌਂਕਦਾ ਆ ਨਾ ਕਿੰਨਾ ਬੋਲਦਾ ਅਮੀ ਤੁਹਾਨੂੰ ਪਤਾ ਸੀ ਤੇ ਤੁਹਾਨੂੰ ਪਤਾ ਕੱਲ ਨੂੰ ਰੱਖਣੀਆਂ ਤੇ ਸੋ ਤੁਹਾਨੂੰ ਪਤਾ ਕੱਲ ਨੂੰ ਰੱਖਣੀਆਂ ਮੈਂ ਅੱਜੇ ਬੰਨ ਲੈਣੀਆਂ ਤੇ ਮੰਮੀ ਨੂੰ ਕਹਿ ਦੇਣਾ ਕਿਉਂਕਿ ਭੂਆ ਮੇਰੀ ਨੇ ਆਉਣਾ ਨਹੀਂ ਹੈਗਾ ਫੁੱਫੜ ਮੇਰੇ ਦਾ ਡੈਡੀ ਮੁੱਕ ਗਿਆ ਸੀਗਾ ਉਹਨਾਂ ਨੇ ਤਾਂ ਆਉਣਾ ਨਹੀਂ ਰੱਖੜੀ ਬੰਨਣ ਹੈ ਨਾ ਸੋ ਡੈਡੀ ਦੀ ਰੱਖੜੀ ਮੇਰੇ ਬੰਨ ਦੇ ਹੁੰਦੇ ਉਹ ਤੇ ਹੁਣ ਮੈਂ ਜਿਹੜੀ ਮੇਰੀ ਭੈਣ ਨੇ ਰੱਖੜੀ ਭੇਜੀ ਸੀਗੀ ਤੇ ਉਹ ਮੈਂ ਬੰਨਣ ਲੱਗਾ ਹਾਂ ਤੇ ਜਿਹੜੀ ਮੇਰੀ ਰੀਅਲ ਸਿਸਟਰ ਦੀਆਂ ਆ ਗਈਆਂ ਆਈਆਂ ਆਉਂਦੀਆਂ ਪਈਆਂ ਉਹ ਰਾਹ 'ਚ ਆਉਂਦੀਆਂ ਪਈਆਂ ਉਹ ਕਹਿੰਦੇ ਅਗਲੀ ਰੱਖੜੀਆਂ ਤੱਕ ਪਹੁੰਚਣੀਆਂ ਆ ਜਾਣੀ ਕਿ ਜਦੋਂ ਗਾਂਹ ਜਾਂ ਰੱਖੜੀਆਂ ਆਉਣਗੀਆਂ ਨਾ ਉਹਨਾਂ ਦੀਆਂ ਰੱਖੜੀਆਂ ਉਦੋਂ ਪਹੁੰਚਣੀਆਂ ਸੋ ਮੈਂ ਉਹ ਉਦੋਂ ਬੰਨ ਲੂੰਗਾ ਅਤੇ ਜਿਹੜੀ ਮੇਰੀ ਮੂੰਹ ਬੋਲੀ ਭੈਣ ਆ ਅਤੇ ਉਹਦੀ ਮੈਂ ਹੁਣ ਬੰਨਣ ਲੱਗਾ ਮੰਮੀ ਨੂੰ ਕਿਹਾ ਮੈਂ ਕਿਹਾ ਤੁਸੀਂ ਬੰਨ ਦਿਓ ਅਤੇ ਨਾਲ ਮਿੱਠਾ ਆਪਾਂ ਮਾੜਾ ਸ਼ਗਨ ਕਰ ਲਈਏ ਕਿਉਂਕਿ ਤੁਹਾਨੂੰ ਪਤਾ ਫਿਰ ਮੈਂ ਹੱਥ ਵਾਰ ਵਾਰ ਧੋਣੇ ਹੁੰਦੇ ਕੰਮ ਕਰਦੇ ਹੁੰਦੇ ਫਿਰ ਤਾਂ ਹੀ ਤਾਂ ਮੈਂ ਗੁੱਟ 'ਤੇ ਕੁਛ ਬੰਨਦਾ ਨਹੀਂ ਹੈਗਾ ਨਾ ਮੈਂ ਤੁਸੀਂ ਮੈਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਆ ਮੇਰੇ ਨਾ ਗਲ 'ਚ ਕੁਛ ਪਾਉਣਾ ਨਾ ਕੰਨ 'ਚ ਨਾ ਗੁੱਟ 'ਚ ਹੈ ਨਾ ਸੋ ਮੈਂ ਇੱਦਾਂ ਕੰਫਰਟੇਬਲ ਜਿਹਾ ਰਹਿੰਦਾ ਅਤੇ ਕਰਦੇ ਹਾਂ ਫਿਰ ਬਲੌਗ ਕੰਟੀਨਿਊ ਈਵਨਿੰਗ ਟਾਈਮ ਹੋ ਗਈ ਆ 4 o'clock ਅਤੇ ਅੱਜ ਤੁਹਾਨੂੰ ਪਤਾ ਕੱਲ੍ਹ ਦੀ ਦੌੜ ਲਾਈ ਉਹ ਕਰਕੇ ਹੈ ਨਾ ਜਦੋਂ ਐਨ ਜਦੋਂ ਬੋਡੀ ਵਾਸ਼ ਕਰਕੇ ਐਂ ਮਲਦੇ ਹਾਂ ਨਾ ਸਾਬਣ ਸੁਬਣ ਵੀ ਜਦੋਂ ਐਨ ਮਲਦੇ ਹਾਂ ਬਾਹਾਂ ਦੁਖਦੀਆਂ ਐਂ ਘੁੰਮਦੀਆਂ ਨਹੀਂ ਹੈਗੀਆਂ ਬਹੁਤ ਦੂਜਾ ਹਾੜ ਜਿਹਾ ਕੰਮ ਆ ਮੈਂ ਕਿਹਾ ਚੱਲ 3-4 ਕੁ ਦਿਨ ਦੁਖਣਗੀਆਂ ਨਾ ਫਿਰ ਰੈਗੂਲਰ ਜਦੋਂ ਹੋ ਗਏ ਫਿਰ ਸਹੀ ਹੋ ਜੂਗੀਆਂ ਅਤੇ ਅੱਜ ਫਿਰ ਜਾਵਾਂਗੇ ਉਹਨੂੰ ਮੈਂ ਕਿਹਾ ਆਪਾਂ ਮੈਂ ਕਿਹਾ ਅੱਜ ਵੀ ਜਾਣਾ ਆਪਾਂ ਅਤੇ ਫਿਰ ਪੱਠੇ ਲਿਆ ਕੇ ਫਿਰ ਆਪਾਂ ਰਨਿੰਗ ਕਰਨਾ ਅਤੇ ਚੱਲਦੇ ਹਾਂ ਬਸ ਸੋਹਣੀ ਲੱਗਦੀ ਹੈ ਨਾ ਆ ਦੇਖੋ ਜੀ ਰੱਖੜੀ ਸਾਰੀਆਂ ਬੰਨਣੀ ਹੈ ਕਿ ਇੱਕੋ ਬੰਨਣੀ ਸਾਰੀਆਂ ਸਾਰੀਆਂ ਮੰਮੀ ਨੂੰ ਮੈਂ ਕਿਹਾ ਸਾਰੀਆਂ ਬੰਨਦੇ ਹੁਣ ਬਾਰ ਬਾਰ ਆ ਦੂਜੀ ਲਓ ਜੀ ਇਹ ਵੀ ਮੇਰੀ ਭੈਣ ਬੰਨਣ ਲੱਗੀ ਹੈ ਐਵੇਂ ਤਾਂ ਮੈਂ ਤਾਂ ਕਿੰਨੀ ਸਾਲ ਵੱਡੀ ਹੈ ਮੈਂ ਤਾਂ ਤੋ ਹੈ 50 ਸਾਲ 20 ਸਾਲ ਦੇ ਆਪਣੇ ਛੋਟੀ ਬਣਾਈ ਜਾਂਦੀ ਹੈ 25 ਸਾਲ ਦੇ ਤਾਂ ਵੱਡੀ ਹੈ 26 ਦਾ ਮੈਂ ਲਾ ਲਾ ਤੇ ਤੇਰਾ ਕਿੰਨੇ ਦੀ ਹੋ ਗਈ ਤੂੰ ਮੈਂ 53 ਸਾਲ ਦੀ ਕਿੰਨੀ ਵੱਡੀ ਹੋ ਗਈ ਮੈਂ ਤਾਂ ਦੇਖ ਲਾ ਤੂੰ ਅਭੀ ਚਲ ਕੋਈ ਗੱਲ ਨਹੀਂ 25 ਸਾਲ ਇੱਕ ਹੋ ਰਹਿ ਗਈ ਗਾਇਸ ਬਾਅਦ ਲਾਸਟ ਹੀ ਰਹਿ ਗਈ ਆ ਤੇ ਇਸ ਤੋਂ ਬਾਅਦ ਦੇਖੀ ਜਾਓ ਭੈਣਾਂ ਨੇ ਰੱਖੜੀਆਂ ਭੇਜੀਆਂ ਆ ਹਾਂ ਲਾਸਟ ਰਹਿ ਗਈ ਹੈ ਯੂਟਿਊਬਰ ਫੈਮਿਲੀ ਚੋਂ ਸਾਡੇ ਮੈਂਬਰ ਆ ਭੈਣਾ ਬਾਅਦ ਲਾਸਟ ਰਹਿ ਗਈ ਇਸ ਤੋਂ ਬਾਅਦ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਯੈਸ ਆ ਲਾਸਟ ਰਹਿ ਗਈ ਬਸ ਇੱਕ ਇੱਥੇ ਹੋਰ ਸੀਗੀ ਜਿਹੜੀ ਉਹ ਦੇ ਗਈ ਸੀ ਉਹ ਵੀ ਬੰਨਣੀ ਹੋਰ 5 ਹੋ ਜੂ ਗਿਆ ਚਲੋ ਉਹ ਵੀ ਬੰਨਦੇ ਇੱਥੇ ਆ ਦੱਸ ਕੇ ਬੰਨੀ ਨਾ ਹੋਵੇ ਪੱਠੇ ਪਕਾਉਣੇ ਹੋ ਜੀ ਪੰਜਵੀਂ ਵੀ ਆ ਗਈ ਇੱਕ ਭੈਣ ਦੇ ਕੇ ਇੱਥੇ ਪਿੰਡ ਦੀ ਆਪਣੀ ਦੇ ਕੇ ਗਈ ਸੀਗੀ ਉਹਦੀ ਰੱਖੜੀ ਵੀ ਆ ਗਈ ਚੱਲ ਲਓ ਜੀ ਇੱਕ ਆਂਟੀ ਦੇ ਕੇ ਗਈ ਥੈਂਕ ਯੂ ਸੋ ਮੱਚ ਵਾਂਸ ਅਗੇਨ ਅੱਜ ਲਓ ਮੇਰਾ ਹੱਥ ਭਰ ਗਿਆ ਪੂਰਾ 1 2 3 4 5 ਤੇ ਬਾਕੀ ਹਜੇ ਕੱਲ੍ਹ ਵੀ ਕੋਈ ਲੈ ਆਵੇ ਸ਼ਾਇਦ ਵਾਹ ਭੈਣ ਮੈਨੇ ਮੂੰਹ ਮਿਠਾਈ ਮੇਰਾ ਕਰਾਤਾ ਆ ਆਪ ਵੀ ਕਰ ਲਿਆ ਤੇ ਹਾਂ ਮੈਂ ਆਪਣੀ ਵੱਡੀ ਭੈਣ ਨੂੰ ਸੂਟ ਲੈ ਲੈਣਾ ਇੱਕ
हाय जी बेटे, आ देख रखड़ी बनी है। मैं देखते हैं ना, खा ना जाई, खानी नहीं है। उदन देख निगाह ना, देख इधर निगाह में रखे। मेरी बुलंगड़ी है, मेरी बुलंगड़ी। अबे किदा ठीक है घंटी सिंबे? चलो गाइस, बहुत खिचदा गाबे आ। जिन्ना निक्का हो गया ना उन्ना ही तिखा हो गया। ला देख ड्रामे चेक कर रहे थे ले। किसी कर दे, मेरी बलूंगड़ी है, बलूंगड़ी डरता भी है कई वेले। मेरे को खिचने जोर बहुत लगा यार, होर नहीं कोई गल। मम्मी का भी इलाके ने हालात है जोर लवा लवा के। अज तेरी देख के गरीबी ही पुत्रा, नखरे जे कर दी तो होगी हसीना। फड़ के गरीबी दे जवाड़े पड़ दे, तेरा आपे ड्रेस पुछू कटरीना। कटरीना लै दस विक्की विक्की कुशल की ना है फुद्दू बैठा। सलमान खान होनी बाजी मार हटे, बाजी मार गया विक्की कुशल पता नहीं की ना है वह। तो बाबे सच दा लिया कि इन प्रमोशन देनी आँदी है सप्प। रात साढ़े भी उत्थे घूमता सीगा गलियां दे, बोर्ड कोल भी घूमता जिदन मैं तो भवन गुरद्वारे आए हाँ। इनू है ना पता नहीं किहड़ा स्नेक कहिंदे आ, सॉरी टू से मैं भुल गया यार उन्हूं की कहिंदे आ, किहड़ा स्टेज। एक मिनट मैं तुहानूं उहदे बारे है ना, तुहानूं पता कि आपां हवा च नहीं वी गल्लां मारी दी, उहदे बारे नॉलेज इकट्ठी करके फिर ही आपां गल करी दी। तुहानूं मैं दसदा की आ, जिदा अज कल है ना पिंडां दे विच बहुत ज़्यादा घरां दे विच जिदा गमले गमलिया गुमलिया के मगर लौके इन्हू कॉमन स्नेक कहेंदे आ। जिदा बाकी प्रजातियां है फराटा मार दियाँ पता ला जाता, जेडे फन वाले होंगे है ना, ये सब तो ज़्यादा जहरीला आ। पटियाले है ना कल कुड़ी की डैथ हो गई ये नाल, तो ये जो बाकी है ना डंग मारते ब्लड निकलता, यानी कि बहुत ज़्यादा पेन होंगे बंदे पता लगता कुछ चुभ्या जो डंग मारता है ना ये। तो जोड़ा ये है कॉमन स्नेक आ, मैं तुम फोटो ला दाना देख लो। ये माड़ा जहा जिदा कीड़ी चुभी है ना ऐदा मारदा डंग, तो मारदा भी सुते पिया के नाल बॉडी की फ्रैगनेंस आ जाती है इनू। तो दिने ये घर के अंदर वड़ जाता है, तो रात में जो बंदा सुता पिया वो नाल जाके पै जाता है। जो तेन पता सुते पे कि पता लगता बंदा जो पासा पूसा लेंदा ये हों, फिर डंग मारदा। सो ध्यान रखो है ना, क्योंकि न्याणियां नाल पै होंने या तुम कल्ले पै होंने, ये अजकल बहुत घर बढ़ रहा है कॉमन स्नेक कहिंदे इनू। जहर बहुत ज़्यादा तकड़ी है ये, कभी भी देसी इलाज ना कराओ, हस्पताल दे विच जाओ। एंटीबायोटिक हुंदा हो पता नहीं किहड़ा टीका, सॉरी टू से ओ लवाओ, जहर दा ना जहर जहर नूं कटदी आ। सो एक इहदा ये नुकसान आ, ये है ना ठंडिया जगह च रहिंदा जिदा गमले गुमले हो गए जां किसे दरख्त थले, इहने दिने शाम ना आराम ना तुहाडे घरे बड़ के बैठा रहना, दिने किचन दे विच लग गया जां किते होर लग गया इहने लग के बैठा रहना। जदों रात होणी आ इन्हें तेरे सुते पे आके डंग मारना, यही नहीं कि नाल सौवे ज ना सौवे, बस डंग मारना इन्हें तेरे सुते पे ने, तुहानू पता भी नहीं लगना क्योंकि थोड़ी यदि पेन होंगी है ना। कॉमन स्नेक है ये, बी केयरफुल ध्यान रखो है ना, क्योंकि बाकियों का तो चलो जिदा जोड़े दूजे सप्प होंगे ये डर के सैड में जाते हैं दौड़ पाते हैं, यानी कि है ना जो ज़्यादा खतरा हो फिर फूक जी मारते जो फनीयर होंगे। जोड़ा ये आवा बंदे लुआ होंदा छोटा है, इनू लाइटली ना लियो कि हाँ भी छोटा जहा, जिदा अपने कोडियाँ कह देंगे ये कॉमन स्नेक आ, बहुत ज़्यादा जहरीला आ। सो बी केयरफुल ध्यान रखो अपने घर के बच्चे, ये सुते पियां नूं आके डसदा आ। दिने भी जिदा कोई तुहाडे है ना कोई पुराना रवि समान आ वो रखो ना घर के बच्चे, उन्होंने बच्चे जां बूटां दे बच्चे लुक के बह जांदा ते रात नूं अपना शिकार बनाउंदा फिर इंसान नूं ये। सो ध्यान रखो अपना ठीक आ, ते रह गए अपने पट्ठे बस थोड़े जे करके फिर चलीए घर नूं। अज आपां लोई लो कम नबेड़ा लिया, देख लो ऐ सूरज उपर आ, बने रहो ब्लॉक ना पट्ठे भी अपने बस आह रह गए इन्ने क, तो मुड़ के जानू दसा दिन दे लो निके निके जे है ना थोड़े थोड़े नाल ही उग खड़ने हैं उदा आ भी अपना सह है, पर यह असं उन्होंने दिते ठेके थे यानी कि मुकते नहीं आप जिन्हें मर्जी वढ़ लीए, यानी कि मेन अपने इन्ने रह गए बस आह इन्ना टोटा जहा रह गया आह उत्थे तक। हाँ देखना पैना थोड़े दिनों की जुगाड़ लगी, दसा दिनों तो यह हो जाने दे लो एडे एडे हो गए उदन लाए थे, तो या किसी तो वढ़ लाँगे बाद अगले दिन वापस कर दो उन्हें है ना। चलो
ਪਹਿਲਾਂ ਚੱਕ ਲਈਏ ਪੰਡ ਦਾ ਹਿਸਾਬ ਜਿਹਾ ਜ਼ਿਆਦਾ ਵੀ ਨਹੀਂ ਮੈਂ ਚੱਕਦਾ ਹੁੰਦਾ ਮੋਢਿਆਂ ਉਸ ਹਿਸਾਬ ਨਾਲ ਲਿਆਉਂਦਾ ਹੁੰਦਾ ਜਿਹੜਾ ਕੱਲ੍ਹ ਤੱਕ ਸਰ ਜਾਵੇ ਸਵੇਰ ਦੁਪਹਿਰ ਬਸ ਤੋਤਾ ਦੇਖੋ ਕਿੰਨਾ ਸੋਹਣਾ ਤੋਤਾ ਇਹ ਉਹ ਨਹੀਂ ਦਿਸਿਆ ਤੁਹਾਨੂੰ ਉੜ ਗਿਆ ਕਿੰਨਾ ਸ਼ੈਤਾਨ ਹੈਗਾ ਰਨਿੰਗ ਦਾ ਟਾਈਮ ਅਤੇ ਫਰੈਂਡ ਦੀ ਮੇਰੇ ਦੀ ਭੂਆ ਨੇ ਆਉਣਾ ਸੀ ਉਹਨਾਂ ਨੂੰ ਚੱਕਣਾ ਕਠਾਰੋਂ ਅਤੇ ਆ ਕੇ ਕਰਦੇ ਹਾਂ ਰਨਿੰਗ ਬਣੇ ਤਾਂ ਬਲੌਗ ਦੇ ਨਾਲ ਕਰਦੇ ਹਾਂ ਫਿਰ ਗੱਲਾਂ ਬਾਤਾਂ ਆਹ ਦੇਖੋ ਮੈਂ ਕਿੱਦਾਂ ਰੌਣਕ ਲੱਗੀ ਰੱਖਣੀਆਂ ਕਰਕੇ ਸਾਡੇ ਸ਼ਹਿਰ ਈਵਨਿੰਗ ਐਟੀ ਬੋਰ ਦੇ ਵਿੱਚ ਆਹ ਦੇਖੋ ਕਿੱਦਾਂ ਧੀਆਂ ਭੈਣਾਂ ਲੋਕਾਂ ਦੀਆਂ ਭੈਣਾਂ ਆਪਣੀਆਂ ਸਾਰੀਆਂ ਲੱਕੜੀਆਂ ਖਰੀਦ ਰਹੀਆਂ ਨੇ ਆਹ ਦੇਖੋ ਮਾਰ ਕਿਤੇ ਬਾਬੇ ਦੱਸਿਓ ਫਿਰ ਕਮੈਂਟ ਕਰਕੇ ਆਪਣੀਆਂ ਜਿੰਨੀਆਂ ਭੈਣਾਂ ਦੇਖਦੀਆਂ ਬਲੌਗ ਅਤੇ ਹਾਂ ਵੀ ਤੁਸੀਂ ਕੀ ਲਿਆ ਫਿਰ ਗਿਫਟ ਆਪਣੇ ਭਰਾਵਾਂ ਕੋਲੋਂ ਅਤੇ ਜਾਂ ਜੇ ਕੋਈ ਭਾਈ ਦੇਖਦਾ ਉਹਨੇ ਆਪਣੀ ਭੈਣ ਨੂੰ ਗਿਫਟ ਕੀ ਦਿੱਤਾ ਰੱਖੜੀ 'ਤੇ ਸਪੈਸ਼ਲ ਦੱਸਿਓ ਜ਼ਰੂਰ ਠੀਕ ਹੈ ਬਾਏ ਟਾਟਾ ਕੁੜੀਆਂ ਨੇ ਅੱਜ ਪੂਰਾ ਚਾਹ ਹੁੰਦਾ ਰੱਖੜੀਆਂ ਦਾ ਨਾ ਮਾਰ ਕਿਸੇ ਰੱਛ ਦੁਕਾਨਾਂ ਦੇ ਕੁੜੀਆਂ ਦਾ ਹੀ ਆ ਸਾਰੇ ਬੰਨੇ ਉਹ ਦੇ ਲੋ ਉਧਰ ਵੀ ਅਗਲੇ ਸਾਲ ਲਾਏਗਾ ਨਾ ਉਹ ਬੜਾ ਡਿੱਗ ਪਿਆ ਉਹਦੇ ਚੱਲ ਜਾ ਚੱਲ ਸਹੀ ਹੈ ਨਾ ਵਾਹ ਗਾਈਸ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਭਰਾ ਦੀ ਕੱਲ੍ਹ ਨੂੰ ਜੋ ਵੀ ਕਰਨਾ ਪਹਿਲਾਂ ਕਰ ਲੈਣਾ ਠੀਕ ਆ ਹੋਰ ਅੱਜ ਸਾਨੂੰ ਜਾ ਨਹੀਂ ਹੋਇਆ ਖੇਤਾਂ 'ਚ ਮਾੜਾ ਕੰਮ ਚੱਲ ਗਏ ਅਸੀਂ ਫਿਰ ਅਸੀਂ ਘਰ ਦੇ ਬਾਹਰ ਹੀ ਲਾ ਓਕੇ ਜਾਂ ਗੁੱਡ ਨਾਈਟ ਅਤੇ ਘਰ ਦੇ ਅਸੀਂ ਬਾਹਰ ਹੀ ਲਾ ਲਈ ਅੱਜ ਮਿਹਨਤ ਹੋ ਵਾਹਿਗੁਰੂ ਹੁਣ ਨਹਾਉਣਾ ਹਜੇ ਮੇਰਾ ਪਾਠ ਪਿਆ ਹਜੇ ਮੈਂ ਰੋਟੀ ਖਾਣੀ ਇੱਕ ਅੱਧੀ ਫਿਰ ਕਰਦੇ ਬਲੌਕ ਆਂਟੀ ਨੂੰ ਯਾਰ ਬਾਕੀ ਸਹੀ ਗੱਲ ਆ ਕੰਮ ਭਾਵੇਂ ਕਰਦੇ ਜਿੰਨੀ ਮਰਜ਼ੀ ਗਰਮੀ ਆਉਂਦੀ ਜਿਹੜਾ ਵਰਕਆਊਟ ਦਾ ਨਜ਼ਾਰਾ ਹੈ ਨਾ ਉਹ ਵਰਕਆਊਟ ਦਾ ਹੀ ਆ ਭਾਵੇਂ ਅਸੀਂ 20 ਮਿੰਟ ਹੀ ਲਾਇਆ ਬਸ ਢਿੱਡ ਦੇ ਸੈੱਟ ਲਾ ਲਏ ਛਪਾਟੇ ਲਾ ਲਏ ਅਤੇ ਹੋਰ ਜਿੱਦਾਂ ਮਾੜਾ ਮੋਟਾ ਯੋਗੇ ਵਾਲੀਆਂ ਤਿੱਤਲੀ ਆਸਣ ਹੋ ਗਿਆ ਹੋਰ ਕਈ ਕੁਛ ਕਰ ਲਈਦਾ ਹੈ ਨਾ ਅਤੇ ਆਡੇ ਨਜ਼ਾਰਾ ਤੁਸੀਂ 15 ਮਿੰਟ ਕੱਢ ਕੇ ਦੇਖੋ ਪਹਿਲੇ ਕਿ ਦਿਨ ਤਾਂ ਔਖਾ ਲੱਗਣਾ ਜਿੱਦਾਂ ਮੈਨੂੰ ਔਖਾ ਲੱਗਦਾ ਸੀ ਜਿੱਦਾਂ ਹੁਣ ਬੰਦਾ ਹੱਥ ਉੱਥ ਗਿਆ ਮਗਰ ਘੁੰਮਾਉਂਦਾ ਦਫਦਾ ਸਰੀਰ ਸਾਰਾ ਹੌਲੀ ਹੌਲੀ ਹਜੇ ਤੇਲਾ ਮੈਂ 6 ਡੰਡ ਲਾਉਂਦਾ ਕੱਲ੍ਹ ਤੁਹਾਨੂੰ ਮੈਂ ਵੀਡੀਓ ਦਿਖਾਊਂਗਾ ਅਤੇ ਹੋਰ ਆਪਾਂ ਮਹੀਨੇ ਤੱਕ ਵਧਾ ਲੈਣੇ ਆ 50 ਤੋਂ ਉੱਤੇ ਕਰਾਂਗੇ ਕੋਸ਼ਿਸ਼ ਕਰਾਂਗੇ ਹੈ ਨਾ ਲੋਕ ਤਾਂ 1000 ਲਾ ਦਿੰਦੇ ਆ ਪਰ ਆਪਾਂ ਨਵੇਂ ਹਾਂ ਹਜੇ ਅਤੇ ਇਸ ਤੋਂ ਬਾਅਦ ਥੋੜ੍ਹਾ ਵਰਕਆਊਟ ਕਰਕੇ ਫਿਰ ਆਪਾਂ ਕਰਾਂਗੇ 7-5 ਹਾਰਡ ਚੈਲੇਂਜ